ਗੁਰਦੁਆਰਾ ਸਾਹਿਬ ਪਿੰਡ ਤਿਹਾੜਾ ਨੇੜੇ ਸਿੱਧਵਾ ਬੇਟ ਵਿਖੇ ਰਿਟਾਇਰਡ ਕਰਨਲ ਸਰਦਾਰ ਭਾਗ ਸਿੰਘ ਜੀ ਨਿਮਿਤ ਸ਼ਰਧਾਂਜਲੀ ਸਮਾਗਮ ਹੋਇਆ। ਸਰਦਾਰ ਇਕਬਾਲ ਸਿੰਘ ਅਤੇ ਸਮੁੱਚੇ ਪਰਿਵਾਰ ਵੱਲੋਂ ਕਰਵਾਏ ਗਏ ਸਮਾਗਮਾਂ ਮੌਕੇ ਅਰੰਭੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਨਾਨਕ ਕਿਸ ਨੂੰ ਆਖੀਏ, ਨਾਨਕ। ਸਮਾਗਮਾਂ ਮੌਕੇ ਪ੍ਰਸਿੱਧ ਕੀਰਤਨੀ ਜਥੇ ਨੇ ਲੰਬਾ ਸਮਾਂ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ। ਮਿਲਿਆ ਹੋਏ ਨਾ ਵਿਛੜੈ, ਮਿਲਿਆ ਹੋਏ ਨਾ ਵਿਛੜੇ, ਜੇ ਮਿਲਿਆ ਹੋਏ ਆਵਾ ਗੌਣ ਨਿਵਾਰਿਆ, ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵੀ ਕੀਤੀਆਂ ਗਈਆਂ ਅਤੇ ਹੁਕਮਨਾਮੇ ਲੈਣ ਉਪਰੰਤ ਵੱਖ ਵੱਖ ਪਾਰਟੀਆਂ ਦੇ ਆਗੂ ਸਾਹਿਬਾਨਾਂ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਰਿਟਾਇਰਡ ਕਰਨਲ ਸਰਦਾਰ ਭਾਗ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਰਾਜਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਈ। ਅਖੀਰ ਸਾਡੇ ਰਿਪੋਰਟਰ ਗੌਰਵਗੜ੍ਹ ਸ਼ੇਪੁਰ ਨਾਲ ਗੱਲਬਾਤ ਕਰਦਿਆਂ ਸਰਦਾਰ ਇਕਬਾਲ ਸਿੰਘ ਜੀ ਅਤੇ ਸਮੁੱਚੇ ਪਰਿਵਾਰ ਨੇ ਆਪਣੇ ਵਿਚਾਰ ਰੱਖੇ। ਸਾਡੇ ਪਿਤਾ ਜੀ ਦਾ ਜਨਮ 3 ਨਵੰਬਰ 1943 'ਚ ਮੁਲਤਾਨ 'ਚ ਪਾਕਿਸਤਾਨ 'ਚ ਹੋਇਆ ਸੀ ਜੀ। ਉਹ ਬਹੁਤ ਵੱਡੇ ਘਰ 'ਚ ਸੀ, ਉਹਨਾਂ ਦੇ ਦਾਦੇ ਡਿਪਟੀ ਕਲੈਕਟਰ ਸੀ। ਉਹ ਤੋਂ ਬਾਅਦ ਸਾਡਾ ਪਾਰਟੀਸ਼ਨ ਹੋਣ ਤੋਂ ਬਾਅਦ ਪੰਜਾਬ 'ਚ ਆਏ, ਬੜੇ ਮਾੜੇ ਹਾਲਾਤ ਸੀ, ਪਰ ਉਹ ਅਫਸਰੀ ਚਾਹੁੰਦੇ ਸੀ। ਉਸ ਜਨੂੰਨ ਦੇ ਨਾਲ ਉਹਨਾਂ ਨੇ ਪੜ੍ਹਾਈ ਕੀਤੀ। ਬਚਪਨ ਤੋਂ ਹੀ 13 ਸਾਲ ਤੋਂ ਹੀ ਘਰ ਛੱਡ ਕੇ ਬੋਇਜ਼ ਭਰਤੀ ਹੋ ਗਏ। ਇਹ ਜਨੂੰਨ ਸੀ ਕਿ ਮੈਂ ਅਫਸਰ ਬਣਾ। ਉਸ ਹਿਸਾਬ ਨਾਲ 1965 'ਚ ਜਾ ਕੇ ਉਹ ਕਮਿਸ਼ਨ ਹੋਏ ਜੀ, ਅਫਸਰ ਬਣੇ ਜੀ, ਸਟਾਰ ਲੱਗਿਆ, ਇਸ ਪਿੰਡ ਤਿਹਾੜੇ ਦੀ ਰੌਣਕ ਬਣੇ ਜੀ। ਉਹ ਤੋਂ ਬਾਅਦ ਚੱਲਦੇ ਚੱਲਦੇ ਉਹ ਫਿਰ ਵਾਲੀਬਾਲ ਦੇ ਬਹੁਤ ਵੱਡੇ ਪਲੇਅਰ ਸੀ ਜੀ। ਉਹਨਾਂ ਨੇ ਸਰਵਿਸਿਸ 'ਚ 13 ਸਾਲ ਕੈਪਟਨ ਖੇਡੇ। ਉਹ ਤੋਂ ਬਾਅਦ ਜੀ ਉਹਨਾਂ ਨੇ ਇੰਟਰਨੈਸ਼ਨਲ ਰੈਫਰੀ ਦੇ ਵਾਲੀਬਾਲ ਦੇ ਰੈਫਰੀ ਬਣੇ। 1982 ਏਸ਼ੀਅਨ ਗੇਮਸ ਉਹਨਾਂ ਨੇ ਪਾਰਟੀਸਪੇਟ ਦਿੱਲੀ 'ਚ ਕੀਤਾ ਜੀ। ਉਹ ਤੋਂ ਬਾਅਦ 1986 'ਚ ਉਹ ਸਿਓਲ ਏਸ਼ੀਅਨ ਗੇਮਸ ਹੋਏ ਜੀ, ਥਾਈਲੈਂਡ ਹੋਏ, ਕਈ ਇੰਟਰਨੈਸ਼ਨਲ ਗੇਮਾਂ 'ਚ ਉਹਨਾਂ ਨੇ ਉਹਨਾਂ ਦੀ ਰੈਫਰੀ ਕੀਤੀ। ਅਸੀਂ 3 ਭਰਾ ਉਹਨਾਂ ਤੋਂ ਬੜੇ ਪ੍ਰਭਾਵਿਤ ਰਹੇ ਖੇਡਾਂ 'ਚ। ਅਸੀਂ ਸ਼ੁਰੂ 'ਚ ਉਹਨਾਂ ਦੇ ਨਾਲ ਹੀ ਸਾਨੂੰ ਨਾਲ ਲਾ ਲੈਂਦੇ ਸੀ, ਅਤੇ ਉਹਨਾਂ ਦੇ ਜਿਹੜੇ ਕੰਮ ਸੀ ਲੋਕਾਂ ਨੂੰ, ਫੌਜ ਦੇ ਦੌਰਾਨ 'ਚੋਂ ਹੀ ਸਾਡੇ ਪਿੰਡ 'ਚ ਕਿੰਨੇ ਲੋਕਾਂ ਨੂੰ ਭਰਤੀ ਕਰਵਾਈ, ਕਿੰਨੇ ਲੋਕਾਂ ਨੂੰ ਹਸਪਤਾਲਾਂ 'ਚ ਇਲਾਜ ਕਰਾਇਆ। ਰਿਟਾਇਰਮੈਂਟ ਹੋਣ ਤੋਂ ਬਾਵਜੂਦ ਵੀ ਉਹ ਰਿਟਾਇਰ ਨਹੀਂ ਹੋਏ ਜੀ। ਰਿਟਾਇਰਮੈਂਟ ਹੋਣ ਤੋਂ ਬਾਅਦ ਉਹਨਾਂ ਨੇ ਲੋਕ ਭਲਾਈ, ਦੇਸ਼ ਸੇਵਾ, ਲੋਕਾਂ ਦੀ ਸੇਵਾ ਕਰਦੇ ਰਹੇ। ਪ੍ਰਾਊਡ ਟੂ ਬੀ ਅ ਸੋਲਜਰ ਸਨ। ਹੀ ਲਿਵਡ ਆਲ ਹਿਸ ਲਾਈਫ by his own terms and always taught us the path of righteousness, and we should all on our own income by our own efforts, and along with the sangat I thank everyone else up here today, those who has joined us and have supported us in such a
ਹਾਸ਼ਟਾਈ।